ਰਾਣੀ ਚਾਹ ਬਣਾ ਦੇ, ਖੇਤ ਜਾਣਾ ਮੈਂ। ਹਾਂ ਬਣਾਉਣੀ ਆ ਹੁਣੇ, ਬਸ ਥੋੜਾ ਜਿਹਾ ਕੰਮ ਰਹਿ ਗਿਆ। ਬਿੰਦਰ ਵੀ ਨਹੀਂ ਆਇਆ ਅੱਜ ਸਾਲਾ, ਮੈਨੂੰ ਲੱਗਦਾ ਖੇਤ ਪਹੁੰਚ ਗਿਆ ਉਹ। ਹਾਂ ਹੋ ਸਕਦਾ ਸਿੱਧਾ ਖੇਤ ਵਗ ਗਿਆ ਹੋਵੇ। ਇੱਕ ਤਾਂ ਉਹਦਾ ਫੋਨ ਨਹੀਂ ਲੱਗਦਾ, ਮੈਨੂੰ ਲੱਗਦਾ ਠੀਕ ਕਰਵਾ ਕੇ ਦੇਣਾ ਪਊ ਉਹਨੂੰ। ਤੁਸੀਂ ਠੀਕ ਕਰਵਾ ਦਿਓ, ਫਿਰ ਵੀ ਆਪਣਾ ਸਿਰੀ ਆ, ਨਾਲੇ ਕਈ ਵਾਰੀ ਬੰਦੇ ਚ ਗੁੰਜਾਇਸ਼ ਨਹੀਂ ਹੁੰਦੀ ਠੀਕ ਕਰਵਾਉਣ ਦੀ। ਗੱਲ ਤਾਂ ਤੇਰੀ ਸਹੀ ਹੈ, ਉਹਨੂੰ ਠੀਕ ਕਰਵਾ ਕੇ ਦੇਣਾ ਫਿਰ ਮੈਂ ਅੱਜ। ਹਾਂ ਮੈਂ ਚਾਹ ਬਣਾਉਣੀ ਆ ਤੁਹਾਡੇ ਲਈ। ਬਣਾ ਦੋ। ਲੈ ਉਹ ਆ ਗਿਆ ਬਿੰਦਰ ਵੀ। ਮੈਨੂੰ ਤਾਂ ਐਸੀ ਤੂੰ ਖੇਤ ਚਲਾ ਗਿਆ। ਉਹ ਨਹੀਂ ਨਹੀਂ ਬਾਈ ਜੀ, ਉਹ ਤਾਂ ਨਾ ਬੇਬੇ ਦੀ ਦਵਾਈ ਫੜ ਕੇ ਲਿਆਉਣੀ ਸੀ ਤਾਂ ਲੇਟ ਹੋ ਗਿਆ ਥੋੜਾ ਜਿਹਾ। ਅੱਛਾ ਅੱਛਾ ਚਲ ਚੰਗੀ ਗੱਲ ਹੈ। ਉਹ ਰਾਣੀ ਇੱਕ ਕੱਪ ਹੋਰ ਲਿਆ ਚਾਹ ਦਾ, ਆ ਬਿੰਦਰ ਵੀ ਆ ਗਿਆ। ਤੇ ਨਾਲੇ ਤੇਰੇ ਫੋਨ ਨੂੰ ਕੀ ਨੁਕਸ ਹੋਇਆ, ਉਹਨੂੰ ਠੀਕ ਕਰਵਾ ਲਾ। ਉਹ ਬਾਈ ਉਹਦਾ ਨਾ ਜੈਕ ਖਰਾਬ ਹੋ ਗਿਆ, ਚਾਰਜ ਨਹੀਂ ਲੱਗਦਾ ਹੈਗਾ। ਮੈਂ ਸੋਚਿਆ ਮਾਂ ਚੱਲ ਥੋੜੇ ਕੁ ਦਿਨਾਂ ਤੱਕ ਠੀਕ ਕਰਵਾ ਲੂੰਗਾ ਉਹਨੂੰ। ਉਹ ਤੂੰ ਐਂ ਕਰੀ, ਮਿੰਟੂ ਨੂੰ ਫੜਾਈ ਫੋਨ, ਪੈਸੇ ਮੈਂ ਆਪੇ ਫੜਾ ਦੂੰ ਉਹਨੂੰ, ਜੋ ਵੀ ਨੁਕਸ ਹੋਇਆ ਉਹ ਠੀਕ ਕਰ ਦੂਗਾ। ਸਹੀ ਗੱਲ ਹੈ ਬਾਈ, ਮੇਰਾ ਤਾਂ ਆਪ ਨਹੀਂ ਸਰਦਾ ਹੈਗਾ ਫੋਨ ਬਿਨਾ। ਤੇ ਨਾਲੇ ਔਖੇ ਵੇਲੇ ਯਾਰ ਫੋਨ ਲਾਉਣਾ ਪੈਂਦਾ, ਕੋਈ ਕੰਮ ਹੋਵੇ ਨਹੀਂ ਲੱਗਦਾ ਫਿਰ ਸਹੀ ਬੰਦਾ ਗੱਲ ਜੀ। ਹੈ ਬਾਈ। ਲੈ ਚਾਹ ਪੀ। ਸੱਚ ਬਾਈ, ਕੱਲ ਮੈਨੂੰ ਮੰਗਲ ਮਿਲਿਆ ਸੀ, ਉਹ ਕਹਿੰਦਾ ਸੀ ਜੱਗੀ ਨੂੰ ਪੁੱਛ ਲਵੀ ਜੇ ਸਾਡੇ ਕਿੱਲੇ ਵੀ ਠੇਕੇ ਤੇ ਲੈਣੇ ਆ। ਉਹ ਨਹੀਂ ਨਹੀਂ ਆਪਾਂ ਕੀ ਕਰਨਾ, ਆਪਣੇ ਕੋਲ 8 ਕਿੱਲੇ ਆਪਦੇ ਬਥੇਰੇ ਨੇ, ਕੁਛ ਨਹੀਂ ਕਰਨਾ ਆਪਾਂ ਠੇਕੇ ਠੁੱਕੇ ਵਾਲੀ ਦਾ। ਸਹੀ ਗੱਲ ਹੈ ਬਾਈ, ਇਹ ਤਾਂ ਤੇਰੀ, ਮੈਂ ਵੀ ਉਹਨੂੰ ਕਹਿ ਦਿੱਤਾ ਸੀ ਮਾਂ ਬਾਈ ਦਾ ਕੋਈ ਇਰਾਦਾ ਨਹੀਂ ਹੈਗਾ ਠੇਕੇ ਤੇ ਲੈਣ ਨੂੰ। ਨਾਲੇ ਠੇਕੇ ਵਾਲੀ 'ਚ ਕੁਝ ਨਹੀਂ ਬਚਦਾ। ਇਹ ਤਾਂ ਗੱਲ ਸਹੀ ਹੈ ਬਾਈ ਤੇਰੀ। ਤੇ ਚੱਲੀਏ ਫਿਰ ਆਪਾਂ ਖੇਤ ਨੂੰ। ਹਾਂ ਚਲੋ ਬਾਈ। ਚਲ ਰਾਣੀ, ਮੈਂ ਆੜਤੀ ਕੋਲ ਜਾਇਆ ਵਾਂ, ਸਾਲਾ 30,000 ਰੁਪਇਆ ਐਵੇਂ ਸਿਰ ਪਾਈ ਜਾਂਦਾ ਆਪਣੇ। ਲੈ ਆਪਾਂ ਕਦੋਂ ਲੈ ਲਿਆ ਤੂੰ 30,000 ਰੁਪਇਆ ਹੁਣ? ਮੈਂ ਉਹਨੂੰ ਕਿਹਾ ਕਿ ਤੈਨੂੰ ਭੁਲੇਖਾ ਲੱਗਿਆ ਹੋਣਾ, ਕਹਿੰਦਾ ਨਾ ਤੂੰ ਲੈ ਕੇ ਗਿਆ ਸੀ। ਬੋਲ ਹੁਣ ਕੀ ਕਰੀਏ, ਸਾਲਾ ਤੜਕੇ ਖਾ ਲੈਂਦਾ ਮੋਟੀ ਫੀਮ, ਯਾਦ ਤਾਂ ਕੁਝ ਉਹਦੇ ਰਹਿੰਦਾ ਨਹੀਂ। ਚੱਲ ਤੁਸੀਂ ਉਹਦੇ ਕੋਲ ਜਾ ਕੇ ਆਓ, ਫੇਰ ਹੀ ਪਤਾ ਲੱਗੂਗਾ। ਕੋਈ ਨਾ, ਮੈਂ 1-1 ਪੈਸੇ ਦਾ ਹਿਸਾਬ ਲਵਾਂ ਤੂੰ ਤੇ ਮੈਂ ਚੱਲਦਾ, ਠੀਕ ਆ? ਭਾਬੀ ਮੈਂ ਡੰਗਰਾਂ ਨੂੰ ਪਾਣੀ ਤਾਂ ਪਿਲਾਤਾ, ਹੋਰ ਕੋਈ ਕੰਮ ਹੈਗਾ? ਹੋਰ ਤਾਂ ਕੋਈ ਕੰਮ ਨਹੀਂ ਦਿੰਦਾ। ਚੱਲ ਠੀਕ ਹੈ ਭਾਬੀ, ਫਿਰ ਮੈਂ ਜਾਵਾਂ। ਬਹਿ ਜਾ, ਚਾਹ ਪੀ ਕੇ ਵਗਦੀ। ਨਾ ਭਾਬੀ, ਚਾਹ ਤਾਂ ਮੈਂ ਪੀ ਕੇ ਹੀ ਆਇਆ ਸੀ। ਭਾਬੀ ਦੇ ਦੀ ਚਾਹ ਤੈਨੂੰ ਚੰਗੀ ਨਹੀਂ ਲੱਗਦੀ? ਨਾ ਭਾਬੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ। ਚੱਲ ਠੀਕ ਹੈ ਫਿਰ, ਬਣਾ ਦਿਓ ਤੁਸੀਂ ਚਾਹ। ਬਹਿ ਜਾ। ਮਿੰਦਰ ਤੇਰੇ ਨਾਲ ਮੈਂ ਇੱਕ ਗੱਲ ਕਰਨੀ ਸੀ। ਹਾਂ ਭਾਬੀ ਬੋਲ। ਮੈਨੂੰ ਤੂੰ ਬਹੁਤ ਚੰਗਾ ਲੱਗਦਾ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੇਰੇ ਤੋਂ ਸੰਗਿਆ ਨਾ ਕਰ, ਮੈਂ ਤੈਨੂੰ ਚੰਗੀ ਲੱਗਦੀ ਹਾਂ। ਹਾਂ ਭਾਬੀ, ਚੰਗੀ ਤਾਂ ਬਹੁਤ ਲੱਗਦੀ ਆ, ਪਰ ਕੀ ਕਰਾਂ, ਜੱਗੀ ਬਾਈ ਮੇਰੇ ਤੇ ਬਹੁਤ ਵਿਸ਼ਵਾਸ ਕਰਦਾ। ਵਿਸ਼ਵਾਸ ਤਾਂ ਮੇਰੇ ਤੇ ਵੀ ਕਰਦਾ, ਪਰ ਮੈਂ ਉਹਦੇ ਵਿਸ਼ਵਾਸ ਦਾ ਕੀ ਕਰਾਂ? ਤੈਨੂੰ ਪਤਾ ਭਾਬੀ, ਜੱਗੀ ਬਾਈ ਕਿੰਨਾ ਪਿਆਰ ਕਰਦਾ ਤੈਨੂੰ। ਹਾਂ ਪਤਾ ਮੈਨੂੰ,
ਪਿਆਰ ਕਰਦਾ, ਉਹਦੇ ਪਿਆਰ ਨੂੰ ਕੀ ਮੈਂ ਚੱਟਣਾ? ਸ਼ੂਗਰ ਨਾਲ ਤਾਂ ਉਹ ਮਰਿਆ ਪਿਆ, ਮੈਂ ਵੀ ਔਰਤ ਹਾਂ, ਮੇਰੇ ਵੀ ਚਾਰ ਮਾਂ ਨੇ। ਉਹ ਤਾਂ ਭਾਬੀ ਤੇਰੀ ਗੱਲ ਠੀਕ ਹੈ, ਪਰ ਜੇ ਆਪਾਂ ਕਿਸੇ ਦਿਨ ਫੜੇਗੇ ਫੇਰ? ਆਪਾਂ ਕਿਧਰੇ ਨਹੀਂ ਫੜੇ ਜਾਂਦੇ, ਨਾਲੇ ਆਪਾਂ ਨੇ ਕਿਹੜਾ ਰੌਲਾ ਪਾਉਣਾ, ਨਾ ਕਿਸੇ ਨੂੰ ਆਪਣੇ 'ਤੇ ਸ਼ੱਕ ਹੋਣਾ। ਤੇਰੇ ਪਿੱਛੇ ਫਿਰਦੀ ਨੂੰ 3 ਮਹੀਨੇ ਹੋ ਗਏ, ਤੂੰ ਸਭ ਕੁਝ ਜਾਣਦੇ ਹੋਏ ਵੀ ਮੇਰੇ ਵੱਲ ਧਿਆਨ ਨਹੀਂ ਦਿੰਦਾ। ਹਾਂ ਭਾਬੀ, ਪਤਾ ਤਾਂ ਮੈਨੂੰ ਲੱਗ ਗਿਆ ਸੀ, ਪਰ ਮੈਨੂੰ ਡਰ ਲੱਗਦਾ ਹੁੰਦਾ ਸੀ, ਤਾਂ ਹੀ ਮੈਂ ਟਲ ਕੇ ਚੱਲ ਜਾਂਦਾ ਸੀ। ਕਮਲਿਆ, ਜੇ ਕੋਈ ਪਿਆਰ ਕਰੇ ਨਾ, ਉਹਨੂੰ ਠੁਕਰਾਈਦਾ ਨਹੀਂ ਹੁੰਦਾ। ਸੱਚੀ ਭਾਬੀ? ਹੋਰ ਕੀ ਝੂਠੇ, ਪਿਆਰ ਤਾਂ ਮੈਂ ਵੀ ਬਹੁਤ ਕਰਦਾ ਤੈਨੂੰ ਭਾਬੀ। ਸੌਂ ਖਾ। ਸੌਣ ਲੱਗੇ ਭਾਬੀ ਤੇਰੀ। ਚੰਗਾ ਰਾਣੀ, ਮੈਂ ਖੇਤ ਜਾਵਾਂ। ਠੀਕ ਹੈ, ਬਿੰਦਰ ਨਹੀਂ ਆਇਆ ਅੱਜ? ਬਿੰਦਰ ਨੇ ਫੋਨ ਕੀਤਾ ਸੀ, ਉਹਦੀ ਭੂਆ ਬਿਮਾਰ ਆ, ਉਹਦਾ ਪਤਾ ਲੈਣ ਜਾਊਗਾ ਉਹ। ਅੱਛਾ ਜੀ। ਹੋਰ ਯਾਰ, ਸਾਲਾ ਖੇਤ ਵੀ ਕੰਮ ਇੰਨਾ ਪਿਆ ਨਾ, ਵੱਟਾਂ ਵੁੱਟਾਂ ਸਾਫ਼ ਕਰਨੀਆਂ, ਘਾਹ ਘੂਹ, ਬਸ ਪੁੱਛਣਾ ਯਾਰ ਮੈਂ ਕਿਵੇਂ ਕਰਾਂਗਾ ਇਕੱਲਾ। ਤੇ ਮੈਨੂੰ ਤਾਂ ਐਂ ਸੀ ਬਹਿ ਕੇ ਆਰਾਮ ਕਰੂੰਗਾ, ਮੈਂ ਬਿੰਦਰ ਤੋਂ ਹੀ ਕਰਵਾਊਂਗਾ ਕੰਮ ਸਾਰਾ, ਪਰ ਅੱਜ ਇਕੱਲੇ ਨੂੰ ਕਰਨਾ ਪੈਣਾ। ਚੱਲ ਕੋਈ ਨਾ, ਹੌਲੀ ਹੌਲੀ ਕਰ ਲਿਓ ਤੁਸੀਂ। ਹਾਂ ਹਾਂ, ਉਹ ਤਾਂ ਹੈ। ਚੰਗਾ ਫਿਰ, ਹੈਂ। ਉਹ ਕੀ ਹਾਲ ਆ ਸੁਬਿਆ? ਉਹ ਵਧੀਆ ਵਧੀਆ ਜੱਗੇ, ਤੂੰ ਦੱਸ ਕਿਵੇਂ ਆ? ਠੀਕ ਆ ਭਾਈ, ਜਿਹੜਾ ਟਾਈਮ ਲੰਘੀ ਜਾਂਦਾ। ਉਹ ਟਾਈਮ ਹੀ ਲੰਘਣਾ ਚਾਹੀਦਾ ਭਰਾਵਾ। ਤੇ ਬੜੇ ਦਿਨਾਂ ਬਾਅਦ ਖੇਤ ਗਿਆ ਮਾਰ, ਅੱਜ ਤੂੰ ਪਿੰਡ ਵੀ ਨਹੀਂ ਦਿਖਿਆ ਮੈਨੂੰ। ਉਹ ਯਾਰ, ਮੈਂ ਨਾ ਸਹੁਰੇ ਵਗ ਗਿਆ ਸੀ ਆਪਣੇ, ਹਫ਼ਤਾ ਉੱਥੇ ਲਾ ਕੇ ਆਇਆ, ਮੇਰੀ ਸੱਸ ਬਿਮਾਰ ਸੀ। ਅੱਛਾ ਅੱਛਾ, ਤਾਂ ਹੀ ਨਹੀਂ ਪਿੰਡ ਦਿਖਿਆ ਮੈਨੂੰ। ਹੁਣ ਠੀਕ ਹੈ ਤੇਰੀ ਸੱਸ? ਹਾਂ ਹਾਂ ਬਾਈ, ਹੁਣ ਤਾਂ ਠੀਕ ਹੈ। ਨਾਲੇ ਅੱਜ ਬਿੰਦਰ ਨਹੀਂ ਦਿਖਿਆ ਹੈਗਾ ਇੱਥੇ। ਉਹ ਬਿੰਦਰ ਤਾਂ ਉਹਦੀ ਬੇਬੇ ਨੂੰ ਦਵਾਈ ਦਵਾਉਣ ਗਿਆ, ਮੈਂ ਸੋਚਿਆ ਚੱਲ ਵੱਟਾਂ ਵੁੱਟਾਂ ਸਾਫ਼ ਕਰਨੀਆਂ ਨੇ, ਮੈਂ ਆਪੀ ਕਰ ਲੂੰਗਾ। ਚੱਲ ਇਹਦਾ ਕੀ ਆ, ਵੱਟਾਂ 2 ਹੈਗੀਆਂ ਨੇ, ਉਹ ਸਾਫ਼ ਤੂੰ ਕਰ ਲੇਗਾ। ਨਾਲੇ ਊਂ ਸਾਲਾ ਬਿੰਦਰ ਇਮਾਨਦਾਰ ਹੈ, ਵਧੀਆ ਬੰਦਾ ਹੈ। ਬੰਦਾ ਠੀਕ ਹੈ ਬਾਈ, 4-5 ਸਾਲ ਹੋ ਗਏ ਮੇਰੇ ਨਾਲ ਰਲੇ ਨੂੰ, ਮੇਰੇ ਵਿਆਹ ਤੋਂ ਪਹਿਲਾਂ ਤਾਂ ਰਲਿਆ ਹੋਇਆ, ਬੰਦਾ ਇਮਾਨਦਾਰ ਹੈ ਉਹ। ਸਹੀ ਗੱਲ ਹੈ, ਇਮਾਨਦਾਰੀ ਤਾਂ ਬੰਦੇ ਨੂੰ ਦਿਖਾਉਣੀ ਪੈਂਦੀ ਹੈ। ਊਂ ਯਾਰ ਬੰਦਾ ਦਿਲ ਦਾ ਵੀ ਸਾਫ਼ ਹੈ ਉਹ। ਦਿਲ ਦਾ ਤਾਂ ਸਾਫ਼ ਹੈਗਾ ਹੀ ਹੈ ਸਾਲਾ ਪਤੰਦਰ, ਜਿਹੜੇ ਕੰਮ ਨੂੰ ਹੱਥ ਪਾ ਲੈਂਦਾ ਨਾ, ਟੱਕਰ ਦੇ ਕੇ ਹਟਦਾ ਬਸ ਫਿਰ। ਇਹ ਤਾਂ ਗੱਲ ਹੈਗੀ ਆ ਤੇਰੀ। ਹੋਰ ਸਿਹਤ ਤੇਰੀ ਠੀਕ ਰਹਿੰਦੀ ਹੈ? ਉਹ ਬਸ ਤੈਨੂੰ ਪਤਾ ਹੀ ਹੈ, ਕੰਮ ਕੁੰਮ ਬਣਦਾ ਨਹੀਂ, ਸਾਹ ਚੜ ਜਾਂਦਾ, ਸ਼ੂਗਰ ਦਾ ਮਰੀਜ਼ ਹੂੰ ਆ ਮੈਂ। ਉਹ ਤਾਂ ਗੱਲ ਤੇਰੀ ਸਿਆਣੀ ਹੈ, ਤੂੰ ਐਂ ਕਰ ਵਧੀਆ ਜਿਹਾ ਡਾਕਟਰ ਦਾ ਦਵਾਈ ਦਵੂਈ ਲੈ ਲਿਆ ਕਰ, ਹਨਾ, ਸਰੀਰ ਦਾ ਤਾਂ ਧਿਆਨ ਰੱਖਣਾ ਹੀ ਪੈਂਦਾ ਯਾਰ। ਸੁਬਹ ਦਵਾਈ ਤਾਂ ਮੈਂ ਵਧੀਆ ਡਾਕਟਰ ਤੋਂ ਖਾ ਰਿਹਾ, ਤੇ ਫਰਕ ਵੀ ਪੈਂਦਾ ਫਿਰ, ਤੈਨੂੰ ਪਤਾ ਅੱਜ ਕੱਲ ਕੀ ਆ ਬੰਦਿਆਂ 'ਚ। ਚੱਲ ਠੀਕ ਆ, ਮੈਂ ਚੱਲਦਾ ਹੁਣ, ਧਿਆਨ ਰੱਖੀ ਆਪਣਾ। ਚੰਗਾ ਸੁਬਹ। ਚੰਗਾ ਚੰਗਾ ਭਰਾਵਾ। ਭਾਬੀ, ਆਪਾਂ ਗਲਤ ਕੰਮ ਕਰ ਬੈਠੇ ਆ, ਇਹਨਾਂ ਕੰਮਾਂ ਦੀ ਨਾ ਕੋਈ ਮੰਜ਼ਿਲ ਨਹੀਂ ਹੁੰਦੀ। ਜਦੋਂ ਮੈਂ ਸੱਚਾ ਸੁੱਚਾ ਹੁੰਦਾ ਸੀ ਤਾਂ ਮੈਨੂੰ ਜੱਗੇ ਬਾਈ ਨਾਲ ਗੱਲ ਕਰਨ 'ਚ ਕੋਈ ਡਰ ਨਹੀਂ ਹੁੰਦਾ ਸੀ। ਅੱਜ ਜਦੋਂ ਵੀ ਜੱਗੇ ਬਾਈ ਨੂੰ ਬੁਲਾਉਂਦਾ ਮੈਂ, ਝਿਜਕ ਜੀ ਮਹਿਸੂਸ ਹੁੰਦੀ ਹੈ, ਡਰ ਲੱਗਿਆ ਰਹਿੰਦਾ ਕਿਤੇ ਜੱਗੇ ਬਾਈ ਨੂੰ ਸ਼ੱਕ ਜਾਣਾ ਹੋ ਗਿਆ ਹੋਵੇ। ਇੱਕ ਤਾਂ ਨਾ ਮੈਨੂੰ ਤੇਰੇ 'ਤੇ ਇਸੇ ਗੱਲੋਂ ਗੁੱਸਾ ਚੜ੍ਹਦਾ, ਤੂੰ ਡਰਪੋਕ ਜ਼ਿਆਦਾ। ਨਾਲੇ ਜੇ ਜਨਾਨੀ ਉਂਗਲ ਫੜਾਵੇ ਨਾ ਤਾਂ ਬੰਦਾ ਬਾਂਹ ਫੜਨ ਤੱਕ ਜਾਂਦਾ। ਮੈਂ ਨਹੀਂ ਡਰਦੀ ਹੈਗੀ, ਤੇਰੇ ਮਗਰ ਪੈ ਪੈ ਕੇ ਨਾ ਤੈਨੂੰ ਮੈਂ ਪਿੱਛੇ ਲਾਇਆ ਆਪਦੇ।
ਤੇਰੇ ਨਾਲੋਂ ਵੱਧ ਡਰਦਾ ਮੈਨੂੰ ਆ ਵੀ ਜੇ ਕਿਤੇ ਪਤਾ ਵੀ ਲੱਗ ਗਿਆ ਤਾਂ ਕੀ ਬਣੂਗਾ। ਡਰਿਆ ਨਾ ਕਰ, ਮਾੜਾ ਮੋਟਾ ਨਾ ਦਿਲ ਰੱਖਿਆ ਕਰ। ਤੇਰੀ ਤਾਂ ਉਹ ਗੱਲ ਆ, ਚੋਰ ਦੀ ਦਾੜੀ ਵਿੱਚ ਤਿਣਕਾ। ਉਹ ਡਰਨ ਡੁਰਨ ਵਾਲੀ ਗੱਲ ਨਹੀਂ ਹੈਗੀ ਭਾਬੀ, ਡਰਦਾ ਤਾਂ ਮੈਂ ਵੀ ਨਹੀਂ ਕਿਸੇ ਤੋਂ, ਨਾਲੇ ਤੈਨੂੰ ਤਾਂ ਪਤਾ ਹੀ ਹੈ ਅੱਜ ਤੋਂ ਜੱਗੇ ਕੀ ਮੇਜਰੀਆਂ ਨਾਲ ਲੜਾਈ ਹੋਈ ਸੀ। 7 ਜਣੇ ਸੀ ਉਹ ਜਿਹੜੇ ਜੱਗੇ ਨੂੰ ਦੱਬੀ ਬੈਠੇ ਸੀ, ਸਾਰੇ ਇਕੱਲੇ ਨੇ ਭਜਾਏ ਸੀ। ਪਰ ਇਸ ਮਸਲੇ ਤੇ ਮੈਂ ਤਾਂ ਡਰਦਾ, ਮੇਰੀ ਜੱਗੇ ਬਾਈ ਨਾਲ ਲਿਹਾਜ਼ ਬਹੁਤ ਵਧੀਆ, ਜੱਗਾ ਕਹੂਗਾ ਮੇਰੇ ਘਰ ਦਾ ਲੂਣ ਖਾ ਕੇ ਹਰਾਮ ਕਰੀ ਜਾਂਦਾ। ਚੱਲ ਕੋਈ ਨਾ, ਤੂੰ ਹੁਣ ਉਹਨੂੰ ਕਹਿ ਦੇਈਂ ਵੀ ਤੇਰੇ ਘਰ ਦਾ ਮੈਂ ਲੂਣ ਖਾ ਕੇ ਹਰਾਮ ਨਹੀਂ ਕਰਦਾ, ਹੁਣ ਮੈਂ ਤੇਰੇ ਘਰ ਦੀ ਨਾ ਖੰਡ ਖਾਣ ਲੱਗ ਗਿਆ। ਓਏ ਤੈਨੂੰ ਮਜ਼ਾਕ ਸੂਝਦਾ, ਓਏ ਮੈਂ ਤਾਂ ਕਹਿੰਦਾ ਭਾਬੀ ਆਪਣੇ ਕੋਲ ਹੁਣ ਵੀ ਟਾਈਮ ਆ, ਆਪਾਂ ਕੰਟਰੋਲ ਕਰ ਲੈਂਦੇ ਇੱਕ ਦੂਜੇ ਦੇ, ਗੱਲ ਐਵੇਂ ਢਕੀ ਦੀ ਢਕੀ ਰਹਿ ਜਾਊਗੀ। ਬਕਵਾਸ ਨਾ ਕਰ ਮੇਰੇ ਨਾਲ, ਮੈਂ ਸਾਰ ਨਹੀਂ ਸਕਦੀ ਤੇਰੇ ਬਗੈਰ। ਤੈਨੂੰ ਮਾੜਾ ਮੋਟਾ ਅੰਦਾਜ਼ਾ ਹੈਗਾ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਪਿਆਰ ਤਾਂ ਮੈਂ ਵੀ ਬਹੁਤ ਕਰਦਾ ਤੈਨੂੰ, ਪਰ ਕੀ ਕਰਾਂ, ਜੇ ਤੇਰਾ ਵਿਆਹ ਨਾ ਹੋਇਆ ਹੁੰਦਾ ਤਾਂ ਆਪਾਂ ਵਿਆਹ ਕਰਾ ਲੈਂਦੇ, ਬਸ ਹੁਣ ਤਾਂ ਲੁੱਕ ਕੇ ਮਿਲ ਸਕਦੇ ਆਪਾਂ। ਇਹ ਵੀ ਨਹੀਂ ਪਤਾ ਕਿੰਨੇ ਕੁ ਦਿਨ ਲੁਕਾਂਗੇ ਆਪਾਂ, ਇੱਕ ਨਾ ਇੱਕ ਦਿਨ ਤਾਂ ਫੜੇ ਜਾਵਾਂਗੇ। ਉਹ ਕਹਿੰਦੇ ਹੁੰਦੇ ਆ ਨਾ, 100 ਦਿਨ ਚੋਰ ਦਾ, 1 ਦਿਨ ਸਾਧ ਦਾ, ਇੱਕ ਨਾ ਇੱਕ ਦਿਨ ਜੱਗੇ ਬਾਈ ਨੂੰ ਪਤਾ ਲੱਗ ਜਾਊ ਆਪਣੇ ਬਾਰੇ। ਕੱਲ ਜਦੋਂ ਨੂੰ ਆਊਗਾ ਨਾ ਵੇਖੀ ਜਾਊਗੀ, ਤੂੰ ਕੱਲ ਦਾ ਨਾ ਸੋਚ ਅੱਜ ਦਾ ਸੋਚ। ਜ਼ਿੰਦਗੀ ਨਾ ਬੜੀ ਸੋਹਣੀ ਚੱਲ ਰਹੀ ਹੈ, ਆਪਾਂ ਨਾ ਨਜ਼ਾਰੇ ਲੁੱਟਾਂਗੇ। ਇਹ ਤਾਂ ਗੱਲ ਸਹੀ ਹੈ ਤੇਰੀ, ਅੱਜ ਤਾਂ ਥੱਕ ਗਏ, ਚਲ ਬਹਿ ਜਾਂਦੇ ਆ। ਨਹੀਂ ਗਰਮੀ ਕਿੰਨੀ ਹੋ ਰਹੀ ਅੱਜ? ਹੋਰ ਬਈ ਹਲੇ ਤਾਂ ਪਏ ਆ 5-7 ਦਿਨ ਗਰਮੀ ਦੇ। ਸਹੀ ਗੱਲ ਹੈ, ਇਹ ਜਾਂਦੀ ਜਾਂਦੀ ਗਰਮੀ ਬਹੁਤ ਤੰਗ ਕਰਦੀ ਆ। ਸਹੀ ਗੱਲ ਹੈ ਬਈ। ਤੇ ਗੱਲ ਸੁਣ, ਮੈਂ ਰੋਟੀ ਫੜ ਲਿਆ ਨਾ, ਠੀਕ ਹੈ? ਤੂੰ ਬੈਠਾ ਇੱਥੇ? ਹਾਂ ਬਈ ਬੈਠਿਆ ਮੈਂ, ਵੇਖ ਲੈ ਬਈ, ਨਹੀਂ ਤਾਂ ਮੈਂ ਫੜ ਲਿਆ ਨਾ ਰੋਟੀ ਘਰੋਂ, ਕਿੱਥੇ ਬਈ ਖੇਚਲਾ ਕਰੇਗਾ ਤੂੰ ਇੰਨੀ ਗਰਮੀ 'ਚ। ਉਹ ਨਾ ਨਾ, ਨਾਲੇ ਮੈਂ ਨਹਾਇਆ ਆਊਂਗਾ ਤੇ ਨਾਲੇ ਤੇਰੀ ਰੋਟੀ ਲਿਆਊਂਗਾ, ਠੀਕ ਹੈ? ਮੈਂ ਚੱਲਦਾ ਫਿਰ। ਠੀਕ ਹੈ ਬਈ। ਮੈਂ ਤਾਂ ਉਹਨੂੰ ਕਿਹਾ ਸੀ ਕਿ ਮੈਂ ਲਿਆਉਂਦਾ ਰੋਟੀ, ਪਰ ਜਦੋਂ ਅਗਲੇ ਨੇ ਕਹਿਤਾ ਸੀ ਕਿ ਮੈਂ ਨਹਾ ਕੇ ਆਉਂਦਾ, ਫਿਰ ਤੂੰ ਹੀ ਦੱਸ ਮੈਂ ਕੀ ਕਹਿੰਦਾ। ਪਰ ਤੂੰ ਵੀ ਸਮਝਣ ਦੀ ਕੋਸ਼ਿਸ਼ ਕਰੇਗਾ, ਨਾਲੇ ਉਹ ਇਹਨਾਂ ਹੱਥਾਂ ਪੈਰਾਂ ਵਿੱਚ ਆਏਗਾ ਸੀ। ਮੈਂ ਕੀ ਕਰਾਂ ਯਾਰ, ਮੇਰੇ ਤੋਂ ਨਾ ਤੇਰੇ ਬਗੈਰ ਵਿਆਹ ਨਹੀਂ ਜਾਂਦਾ। ਜੇ ਦਿਨ 'ਚ 10 ਵਾਰੀ ਤੇਰੀ ਸ਼ਕਲ ਨਾ ਦੇਖਾਂ ਨਾ ਤਾਂ ਮੇਰਾ ਬੁਰਾ ਹਾਲ ਹੋ ਜਾਂਦਾ। ਹੁਣ ਨਾ ਕੋਈ ਹੱਲ ਲੱਭ ਲਾ, ਆਪਾਂ ਭੱਜ ਚੱਲੀਏ। ਓਏ ਤੂੰ ਪਾਗਲ ਹੋ ਰਹੀ ਹਾਂ, ਓਏ ਆਪਾਂ ਭੱਜ ਕੇ ਜਾਵਾਂਗੇ ਕਿੱਥੇ? ਉਹ ਨਾਲੇ ਇੱਥੇ ਤਾਂ ਤੇਰੇ ਕੋਲ ਮਕਾਨ ਵੀ ਹੈ, ਜ਼ਮੀਨ ਵੀ ਆ, ਪਰ ਮੇਰੇ ਕੋਲ ਕੀ ਆ? ਕਿੱਥੇ ਆਪਾਂ ਕਿਰਾਏ ਵਾਲੇ ਮਕਾਨ ਤੇ ਲੁਕਦੇ ਫਿਰਾਂਗੇ? ਬਿੰਦਰ ਮੈਂ ਤੇਰੇ ਬਗੈਰ ਰਹਿ ਨਹੀਂ ਸਕਦੀ, ਤੈਨੂੰ ਪਤਾ ਨਾ, ਤੂੰ ਕੋਈ ਹੱਲ ਲੱਭ ਲਾ ਕਿਸੇ ਤਰੀਕੇ ਨਾਲ, ਆਪਾਂ ਇੱਕ ਹੋ ਜਾਈਏ। ਓਏ ਮੈਂ ਦੱਸ ਕਿਹੜਾ ਹੱਲ ਲੱਭਾਂ ਹੁਣ, ਓਏ ਹੁਣ ਵੀ ਤਾਂ ਆਪਾਂ ਇੱਕ ਹੀ ਆ। ਪਰ ਇੱਕ ਹੱਲ ਹੈਗਾ ਆਪਣੇ ਕੋਲ, ਜੇ ਤੂੰ ਜੱਗੇ ਨੂੰ ਤਲਾਕ ਦੇ ਦਵੇਂ, ਪਰ ਇਹ ਕੰਮ ਸਾਰੀ ਜ਼ਿੰਦਗੀ ਹੋਣਾ ਨਹੀਂ, ਇਸ ਕਰਕੇ ਜਿਵੇਂ ਚੱਲਦਾ ਹੁਣ ਚੱਲੀ ਜਾਂਦੇ। ਚੱਲ ਫਿਰ ਮੈਨੂੰ ਨਾ ਨੀਂਦ ਵਾਲੀਆਂ ਗੋਲੀਆਂ ਲਿਆ ਦਿਆ ਕਰ, ਮੈਂ ਇਹਨਾਂ ਨੂੰ ਖਵਾ ਦੂੰਗੀ, ਫਿਰ ਮੇਰੇ ਕੋਲ ਨਾ ਰੋਜ਼ ਆ ਦਿਆ ਕਰ। ਓਏ ਤੂੰ ਰਹਿਣ ਦੇ ਰਹਿਣ ਦੇ, ਜ਼ਿਆਦਾ ਨਾ ਵੱਧ, ਐਵੇਂ ਫਸ ਜਾਵਾਂਗੇ ਆਪਾਂ, ਮਾੜਾ ਮੋਟਾ ਦਿਮਾਗ ਤੋਂ ਕੰਮ ਲਿਆ ਕਰ। ਮੇਰੀ ਗੱਲ ਨਹੀਂ ਮੰਨਣੀ ਤੂੰ? ਮੈਨੂੰ ਪਤਾ ਤੂੰ ਮੈਨੂੰ ਨਾ ਪਿਆਰ ਨਹੀਂ ਕਰਦਾ। ਓਏ ਪਿਆਰ ਤਾਂ ਤੈਨੂੰ ਕਰਦਾ ਮੈਂ, ਪਰ ਤੂੰ ਮੇਰੀ ਗੱਲ ਨਹੀਂ ਮੰਨਦੀ। ਮੈਂ ਨਾ ਤੇਰੀ ਗੱਲ ਨਹੀਂ ਮੰਨਣੀ ਫਿਰ। ਮੰਨਣੀ ਤਾਂ ਤੈਨੂੰ ਪੈਣੀ ਹੈ। ਮਨਾ ਕੇ ਵਿਖਾ ਫਿਰ। ਚੱਲ ਕੋਈ ਨੀ, ਫਿਰ ਮੈਂ 1-2 ਦਿਨ ਛੱਡ ਕੇ ਆਇਆ ਕਰੂੰਗਾ। ਚੱਲ ਕੋਈ ਨਾ, ਤੂੰ 1-2 ਦਿਨ ਛੱਡ ਕੇ ਆ ਜਾਇਆ ਤੈਨੂੰ, ਫਿਰ ਗੋਲੀਆਂ ਲਿਆ ਕੇ ਦੇ ਦੀ ਮੈਨੂੰ। ਚੱਲ ਠੀਕ ਹੈ, ਲਿਆ ਦੂੰ ਗੋਲੀਆਂ ਤੈਨੂੰ ਮੈਂ।
ਲੈ ਉਹ ਆਂਦਾ ਸੁਬਿਆ ਵੀ ਤੁਰਿਆ। ਉਹ ਬੱਲੇ ਬੈਠੀ ਆ ਜੋੜੀ, ਕੀ ਹਾਲ ਆ ਸੁਬਿਆ? ਉਹ ਵਧੀਆ ਵਧੀਆ ਜੱਗੇ, ਤੂੰ ਦੱਸ ਕਿਵੇਂ ਆ? ਠੀਕ ਆ ਬਾਈ, ਜਿਹੜਾ ਸਮਾਂ ਲੰਘੀ ਜਾਂਦਾ ਉਹ ਚੱਲ ਸਮਾਂ ਹੀ ਲੰਘਣਾ ਚਾਹੀਦਾ। ਓਏ ਹੋਰ ਬਿੰਦਰਾ ਕਾਇਮ ਹੈ? ਹਾਂ ਬਾਈ ਵਧੀਆ, ਤੁਸੀਂ ਦੱਸੋ? ਵਧੀਆ ਵਧੀਆ। ਉਹ ਸੱਚ ਤੇਰੀ ਬੇਬੇ ਬਾਰੇ ਪਤਾ ਲੱਗਿਆ ਸੀ? ਜੱਗਾ ਦੱਸਦਾ ਸੀ ਵੀ ਤੂੰ ਪਤਾ ਲੈਣ ਗਿਆ ਹੋਇਆ। ਹਾਂ ਬਾਈ ਠੀਕ ਆ ਹੁਣ ਤਾਂ ਬੇਬੇ। ਚੱਲ ਸ਼ੁਕਰ ਹੈ ਮਾਲਕ ਦਾ। ਕੀ ਗੱਲ, ਬਿਮਾਰ ਬਿਮੂਰ ਹੋ ਗਈ ਸੀ? ਹੋਰ ਬਾਈ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀ, ਕਈ ਦਿਨਾਂ ਤੋਂ ਉਤਰ ਹੀ ਨਹੀਂ ਰਿਹਾ ਸੀ। ਅੱਛਾ, ਉਹ ਇੱਕ ਦਿਨ ਨਾ ਜੱਗਾ ਤੇ ਮੈਂ ਤੇਰੀਆਂ ਗੱਲਾਂ ਕਰਦੇ ਸੀ ਇਮਾਨਦਾਰੀ ਦੀਆਂ। ਅੱਛਾ ਬਾਈ। ਹਾਂ ਹਾਂ ਬਾਈ, ਜੱਗਾ ਕਹਿੰਦਾ ਸੀ 4-5 ਸਾਲ ਹੋ ਗਏ ਸਾਡੇ ਨਾਲ ਰਲੇ ਨੂੰ, ਇਹਨੂੰ ਕਦੇ ਨਹੀਂ ਵਾਧੇ ਘਾਟੇ ਵਾਲੀ ਕੋਈ ਗੱਲ ਕੀਤੀ ਹੈਗੀ ਇਹਨੇ। ਨਾ ਨਾ ਬਾਈ, ਆਪਾਂ ਤਾਂ ਇਹ ਕੰਮ ਕਦੇ ਕਰਿਆ ਹੀ ਨਹੀਂ ਹੈਗਾ। ਓਏ ਤਾਂ ਹੀ ਤਾਂ ਤੇਰੀਆਂ ਤਾਰੀਫਾਂ ਕਰਦੇ ਸੀ। ਇਹਨੂੰ ਪੁੱਛ ਲਾ ਸੁਬਿਆ, ਇਹਨੂੰ ਹਮੇਸ਼ਾ ਭਰਾ ਵਾਂਗ ਸਮਝਿਆ ਮੈਂ, ਕਦੇ ਵੀ ਅਮੀਰੀ ਗਰੀਬੀ ਵਾਲਾ ਰਿਸ਼ਤਾ ਨਹੀਂ ਵਰਤਿਆ ਇਹਦੇ ਨਾਲ। ਸਹੀ ਗੱਲ ਆ ਬਾਈ ਤੇਰੀ। ਹਾਂ ਬਾਈ ਸਹੀ ਕਹਿ ਰਿਹਾ ਬਾਈ, ਹਮੇਸ਼ਾ ਭਰਾਵਾਂ ਵਾਂਗ ਸਮਝਿਆ ਮੈਨੂੰ। ਤੇ ਇੱਕ ਗੱਲ ਹੋਰ ਸੁਬਿਆ, ਜਦੋਂ ਮੇਜਰ ਕਾ ਨਾਲ ਮੇਰੀ ਲੜਾਈ ਹੋਈ ਸੀ ਨਾ, ਕੱਲਾ ਬਿੰਦਰ ਮੇਰੇ ਨਾਲ ਖੜਿਆ ਸੀ, ਇਹਦਾ ਅਹਿਸਾਨ ਕਦੇ ਨਹੀਂ ਭੁੱਲ ਸਕਦਾ ਮੈਂ। ਓਏ ਅੱਜ ਕੱਲ ਜੱਗਿਆ ਭਰੋਸੇਦਾਰ ਬੰਦੇ ਬੜੀ ਮੁਸ਼ਕਲ ਨਾਲ ਮਿਲਦੇ ਨੇ, ਉਹ ਇਹਦਾ ਬੰਦਾ ਹੀ ਬੜਾ ਸਹੀ ਹੈ। ਸਹੀ ਗੱਲ ਹੈ ਬਾਈ ਤੇਰੀ। ਠੀਕ ਆ ਠੀਕ ਆ। ਕੀ ਹੋ ਗਿਆ ਅੱਜ ਤੈਨੂੰ, ਉਦਾਸ ਕਾਹਤੋਂ ਆ ਤੂੰ? ਰਾਣੀ ਆਪਾਂ ਜਿਹੜਾ ਕੁਝ ਵੀ ਕਰੀ ਜਾਂਦੇ ਆ ਬਹੁਤ ਗਲਤ ਕਰੀ ਜਾਂਦੇ ਯਾਰ, ਇਸ ਕਹਾਣੀ ਦਾ ਅੰਤ ਬਹੁਤ ਮਾੜਾ ਨਿਕਲੂ। ਅੱਜ ਫਿਰ ਕੀ ਹੋ ਗਿਆ ਤੈਨੂੰ? ਅੱਜ ਜੱਗਾ ਬਾਈ ਨਾ ਖੇਤ ਸੂਬੇ ਕੋਲ ਗੱਲਾਂ ਕਰਦਾ ਸੀ, ਕਹਿੰਦਾ ਮੈਨੂੰ ਬਿੰਦਰ ਤੇ ਰੱਬ ਜਿੱਡਾ ਭਰੋਸਾ, ਤੇ ਯਾਰ ਮੈਨੂੰ ਅੰਦਰੋਂ ਅੰਦਰ ਹੀ ਬਹੁਤ ਮਹਿਸੂਸ ਹੋਇਆ ਯਾਰ, ਬੰਦਾ ਮੇਰੇ ਤੇ ਕਿੰਨਾ ਯਕੀਨ ਕਰਦਾ ਤੇ ਮੈਂ ਕੀ ਕਰੀ ਜਾਂਦਾ ਅੱਗੋਂ। ਤੂੰ ਇਕੱਲਾ ਨਹੀਂ ਕਰ ਸਕਦਾ ਸੀ, ਜੇ ਮੈਂ ਨਾਲ ਤੇਰੇ ਸਹਿਮਤ ਆ ਨਾ ਤਾਂ ਹੀ ਸਾਰਾ ਕੁਝ ਹੋ ਰਿਹਾ, ਨਾਲੇ ਇਹੋ ਜਿਹੀਆਂ ਗੱਲਾਂ ਨੀ ਵੇਖੀ ਦੀਆਂ ਹੁੰਦੀਆਂ। ਸੂਬੇ ਦਾ ਕੀ ਆ, ਅੱਜ ਉਹਦੇ ਮੂੰਹ ਤੇ ਤੇਰੀ ਤਾਰੀਫ ਕਰ ਦੂਗਾ, ਮੇਰੇ ਕੋਲ ਆ ਕੇ ਬਥੇਰੇ ਵਾਰੀ ਗਾਲਾਂ ਕੱਢੀਆਂ ਨੇ ਤੈਨੂੰ ਜਿੱਦਣ ਕਦੇ ਤੂੰ ਲੇਟ ਆਉਣਾ। ਅੱਛਾ ਯਾਰ ਛੱਡ ਇਹਨਾਂ ਗੱਲਾਂ ਨੂੰ, ਸੋਚ ਕੋਈ ਹੱਲ, ਆਪਾਂ ਇੱਕ ਹੋ ਜਾਈਏ। ਯਾਰ ਕੀ ਹੱਲ ਲੱਭਾ ਮੈਂ, ਮੇਰੇ ਤਾਂ ਆਪਣੇ ਦਿਮਾਗ 'ਚ ਕੋਈ ਤਰੀਕਾ ਆਉਂਦਾ। ਤੈਨੂੰ ਤਾਂ ਪਤਾ ਯਾਰ, ਤੇਰਾ ਅੱਜ ਅੱਗੇ ਨਾ ਵਿਆਹ ਹੋਇਆ ਹੋਇਆ, ਨਾ ਤੂੰ ਤੁਹਾਡ ਹੋ ਸਕਦੀ ਤੇ ਨਾ ਆਪਾਂ ਇੱਕ ਹੋ ਸਕਦੇ। ਫਿਰ ਆਪਾਂ ਭੱਜ ਚੱਲਦੇ ਹਾਂ, ਤੈਨੂੰ ਮੈਂ ਕਿਹਾ ਤੂੰ ਇਹ ਵੀ ਨਹੀਂ ਗੱਲ ਮੰਨਦਾ ਮੇਰੀ। ਉਹ ਯਾਰ ਆਪਾਂ ਭੱਜ ਕੇ ਜਾਵੇ ਕਿੱਥੇ, ਮੇਰੇ ਕੋਲ ਕਿਹੜਾ ਚੰਡੀਗੜ੍ਹ ਕੋਠੀ ਪਈ ਹੋਈ ਹੈ ਜਿਹੜਾ ਉੱਥੇ ਰਹਿ ਲਾਂਗੇ ਆਪਾਂ, ਮਸਾਂ ਦਿਹਾੜੀ ਰੱਪਾ ਕਰਕੇ ਮੈਂ ਆਪਣਾ ਕੰਮ ਚਲਾਉਂਦਾ, ਨਾਲੇ ਤੈਨੂੰ ਵੀ ਤੇਰਾ ਪਤਾ ਹੀ ਹੈ ਤੂੰ ਇੱਥੇ ਜੱਗੇ ਦੀ ਜ਼ਮੀਨ ਦੀ ਮਾਲਕਣ ਹੈ, ਜੱਗੇ ਬਿਨਾਂ ਤਾਂ ਤੇਰਾ ਵੀ ਕੁਛ ਨਹੀਂ। ਆਪਾਂ ਭੱਜ ਚੱਲਦੇ ਹਾਂ ਕਿਤੇ, ਆਪਾਂ ਕੰਮ ਕਰ ਲਿਆ ਕਰਾਂਗੇ, ਕਿਰਾਏ ਤੇ ਮਕਾਨ ਲੈ ਲਾਂਗੇ ਕੋਈ। ਉਹ ਯਾਰ ਕਿਰਾਏ ਤੇ ਕਿੰਨਾ ਕੁ ਚੀਜ਼ ਆਪਾਂ ਕੰਮ ਕਰ ਲਾਂਗੇ ਦੋਵੇਂ। ਫਿਰ ਆਪਾਂ ਜੱਗੇ ਨੂੰ ਮਾਰ ਦਿੰਦੇ ਹਾਂ, ਇੱਕ ਹੀ ਹੱਲ ਹੋ ਸਕਦਾ। ਉਹ ਯਾਰ ਪਾਗਲ ਹੋ ਰਹੀ ਹੈ ਤੂੰ, ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਹੈ। ਨਾਲੇ ਤਾਂ ਤੂੰ ਮੇਰੇ ਕੋਲ ਰਹਿ ਜਾ ਕਰੇਗਾ, ਨਾਲੇ ਜ਼ਮੀਨ ਰਹਿ ਜੂਗੀ ਮੇਰੇ ਕੋਲ। ਉਹ ਜੱਗੇ ਨੂੰ ਮਾਰਨ ਵਾਲੀਆਂ ਗੱਲਾਂ ਕਿਉਂ ਕਰੀ ਜਾਂਦੀ ਹੈ ਤੂੰ? ਓਏ ਉਹਦਾ ਕੀ ਕਸੂਰ ਹੈ, ਧੋਖਾ ਤਾਂ ਆਪਾਂ ਦੇ ਰਹੇ ਉਹਨੂੰ, ਉਹ ਨਾਲੇ ਤੈਨੂੰ ਪਤਾ ਇਹਦਾ ਨਤੀਜਾ ਕੀ ਨਿਕਲੂ, ਸਾਰੀ ਜ਼ਿੰਦਗੀ ਜੇਲ੍ਹ 'ਚ ਸੜੇਗੀ, ਜਿਹੜਾ ਕਟਾਪਾ ਕਰਨਗੇ ਉਹ ਅਲੱਗ। ਪਰ ਬਿੰਦਰ ਤੈਨੂੰ ਪਤਾ ਨਾ ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਓ ਯਾਰ ਪਿਆਰ ਤਾਂ ਮੈਂ ਵੀ ਤੈਨੂੰ ਬਹੁਤ ਕਰਦਾ, ਪਰ ਮਜਬੂਰੀਆਂ ਨੇ। ਪਿਆਰ 'ਚ ਮਜਬੂਰੀਆਂ ਨਹੀਂ ਹੁੰਦੀਆਂ, ਆਪਾਂ ਇਕੱਠੇ ਰਹਿ ਕੇ ਕੰਮ ਕਰ ਲਾਂਗੇ ਕੋਈ। ਹਾਲੇ ਆਪਾਂ ਕੁਛ ਨਹੀਂ ਕਰਨਾ ਰਾਣੀ, ਕੋਈ ਨਾ ਆਪਦੀਆਂ ਕਮਲੀਆਂ ਗੱਲਾਂ ਕਰੀ ਜਾਇਆ ਕਰ, ਜਿਵੇਂ ਚੱਲਦਾ ਚੱਲੀ ਜਾਂਦੇ, ਤੈਨੂੰ ਜਿਹੜਾ ਚੋਰੀ ਛੁਪੇ ਮਿਲਦਾ ਨਾ ਐਵੇਂ ਚੱਲੀ ਜਾਂਦੇ ਕੰਮ। ਚੱਲ ਠੀਕ ਆ, ਚੱਲ ਠੀਕ ਆ, ਹੁਣ ਮੈਨੂੰ ਜਾਣ ਦੇ। ਰਾਣੀ ਮੈਂ ਖੇਤ ਚੱਲਿਆ, ਅੱਜ ਦੁਪਹਿਰ ਨੂੰ ਗੁਬਾਰੇ ਦੀ ਫਲੀਆਂ ਬਣਾ ਲਈ ਤੇ 1:30 ਵਜੇ ਆ ਕੇ ਰੋਟੀ ਖਾਊਂਗਾ ਮੈਂ। ਉਹ ਤਾਂ ਮੈਂ ਬਣਾ ਲੂੰਗੀ, ਬਿੰਦਰ ਨਹੀਂ ਜਾਂਦਾ ਤੁਹਾਡੇ ਨਾਲ? ਬਿੰਦਰ ਨੂੰ ਕੰਮ ਹੈ, ਉਹ ਅੱਧੇ ਘੰਟੇ ਤੱਕ ਆਊਗਾ ਖੇਤ।
ਮੈਂ ਚੱਲਦਾ। ਆ ਲਓ ਜੀ ਦੁੱਧ, ਹਲਦੀ ਪਾ ਕੇ ਲੈ ਕੇ ਆਈ ਹਾਂ, ਤੁਸੀਂ ਠੀਕ ਨਹੀਂ ਨਾ ਲੱਗਦੇ ਸੀ। ਜਾਨੂ ਜੀ ਗੱਲ ਹੋ ਰਹੀ ਹੈ, ਹਲਦੀ ਵੱਧ ਪੈ ਗਈ ਹੋਊਗੀ। ਉਹ ਬਿੰਦਰਾ, ਮੈਂ ਤਾਂ ਹੈਰਾਨ ਹੋ ਗਿਆ ਤੇਰੀ ਇਹ ਗੱਲ ਸੁਣ ਕੇ। ਓਏ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੋਚ ਸਕਦਾ ਸੀ ਕਿ ਭਾਬੀ ਜੱਗੇ ਨੂੰ ਮਾਰ ਦੂਗੀ। ਹੋਰ ਬਈ ਉਹਨੇ ਮਾਰਿਆ, ਮੈਂ ਗਲਤ ਜ਼ਰੂਰ ਸੀ, ਜੱਗੇ ਬਾਈ ਨੂੰ ਧੋਖਾ ਦਿੱਤਾ, ਪਰ ਮੈਂ ਉਹਨੂੰ ਮਾਰਨ ਬਾਰੇ ਕਦੇ ਵੀ ਨਹੀਂ ਸੋਚਿਆ ਸੀ। ਹਾਲਾਂਕਿ ਰਾਣੀ ਨੇ ਮੈਨੂੰ ਕਿਹਾ ਸੀ ਕਿ ਆਪਾਂ ਜੱਗੇ ਨੂੰ ਮਾਰ ਦਿੰਦੇ ਹਾਂ, ਮੈਂ ਉਹਨੂੰ ਬਹੁਤ ਸਮਝਾਇਆ ਸੀ ਕਿ ਇਹ ਗੱਲ ਤੂੰ ਸੋਚ ਵੀ ਨਾ ਲਈ। ਬਈ ਮੈਨੂੰ ਤੇਰੀ ਨਾ ਮਦਦ ਦੀ ਲੋੜ ਹੈ, ਜੱਗੇ ਬਾਈ ਦੀ ਮੌਤ ਦਾ ਇਨਸਾਫ ਚਾਹੀਦਾ। ਓਏ ਤੂੰ ਬੇਖੌਫ ਹੋ ਜਾ, ਕੋਈ ਨਾ ਮੈਂ ਕਰਦਾ ਕੁਛ ਨਾ ਕੁਛ। ਠੀਕ ਹੈ ਬਾਈ। ਅੱਛਾ ਮੈਨੂੰ ਯਾਰ ਬਣਾ ਲਿਆ ਆਪਣਾ, ਤਾਂ ਹੀ ਮੈਨੂੰ ਫੋਨ ਨਹੀਂ ਕਰਦੀ ਹੁੰਦੀ ਸੀ। ਓਏ ਸਾਲਿਆ, ਮੇਰੀ ਤਾਂ ਯਾਰੀ ਇੱਕ ਵੀ ਪਹਿਲਾਂ ਦੀ ਇਹਦੇ ਨਾਲ। ਓਏ ਤਾਂ ਤੈਨੂੰ ਸੌਣ ਦੀ ਸਕੀਮਾਂ ਘੜਦੇ ਡਰਾਮਾ ਘੜਿਆ ਸੀ ਨੇ। ਰਾਣੀ ਜੇ ਆਪਾਂ ਨੇ ਇਕੱਠੇ ਹੋਣਾ ਨਾ, ਪਹਿਲਾਂ ਜੱਗੇ ਨੂੰ ਮਾਰਨਾ ਪੈਣਾ। ਗੱਲ ਤਾਂ ਤੇਰੀ ਸਹੀ ਹੈ ਸੁਬੀ, ਜੱਗੇ ਨੂੰ ਤਾਂ ਮੈਂ ਮਾਰਦਾ ਜ਼ਹਿਰ ਚੁਰ ਦੇ ਕੇ, ਚੱਕਰ ਸਾਰਾ ਬਿੰਦਰ ਵਾਲਾ। ਇਹ ਤਾਂ ਪਰਛਾਵਾਂ ਬਣ ਕੇ ਨਾ ਉਹਦੇ ਨਾਲ ਨਾਲ ਰਹਿੰਦਾ, ਸਭ ਤੋਂ ਵੱਧ ਰੌਲਾ ਇਹੀ ਪਾਊਗਾ ਵੀ ਕਿਵੇਂ ਮਰ ਗਿਆ ਜੱਗਾ। ਨਾਲੇ ਚਾਚੇ ਤਾਏ ਕਿਹੜਾ ਟਿਕ ਜਾਣਗੇ, ਉਹਨਾਂ ਦੀ ਕਿਹੜਾ ਬਣਦੀ ਆਪਣੇ ਨਾਲ, ਇਹੀ ਚੱਕੂਗਾ ਉਹਦਾ ਮੁੱਦਾ। ਜੇ ਆਪਾਂ ਜੱਗੇ ਦਾ ਕਤਲ ਬਿੰਦਰ ਹੱਥੋਂ ਕਰਾ ਦਈਏ ਫਿਰ? ਬਿੰਦਰ ਹੱਥੋਂ? ਉਹ ਕਿਵੇਂ? ਤੈਨੂੰ ਨਾ ਪਹਿਲਾਂ ਪਿੰਦਰ ਨਾਲ ਯਾਰੀ ਲਾਉਣੀ ਪੈਣੀ ਹੈ, ਫਿਰ ਤੂੰ ਉਹਨੂੰ ਕਹੀ ਕਿ ਆਪਾਂ ਨੂੰ ਇਕੱਠੇ ਹੋਣ ਵਾਸਤੇ ਨਾ ਜੱਗੇ ਨੂੰ ਮਾਰਨਾ ਪੈਣਾ, ਅਤੇ ਆਪਣੀ ਕਾਂ ਰਹਿ ਜੂ, ਉਹਨੇ ਬੋਲਣ ਲੋਕਾਂ ਨੂੰ ਜਾਣਾ, ਅਤੇ ਬਾਅਦ 'ਚ ਮਾਰੀ ਉਹਦੀ ਧੁਰੀ 'ਚ ਲੱਤ। ਸਕੀਮ ਤਾਂ ਤੇਰੇ ਵਾਲੀ ਸੁਬੇ ਸਹੀ ਆ। ਚੱਲ ਫਿਰ ਮੈਂ ਕਰਦਾ ਕੰਮ ਸ਼ੁਰੂ। ਠੀਕ ਹੈ। ਫਿਰ ਰਾਣੀ ਕਹਿੰਦੀ ਆਪਾਂ ਬਿੰਦਰ ਤੋਂ ਜੱਗੇ ਦਾ ਕਤਲ ਨਹੀਂ ਕਰਵਾ ਸਕਦੇ ਕਿਸੇ ਵੀ ਹਾਲਤ 'ਚ। ਫਿਰ ਅਸੀਂ ਨੇ ਸਕੀਮ ਲਾਈ ਵੀ ਇਹ ਕੰਮ ਤਾਂ ਮੈਂ ਹੀ ਨੇਪਰੇ ਚਾੜ ਸਕਦੀ ਹਾਂ। ਇੰਨਾ ਵੱਡਾ ਧੋਖਾ ਕੀਤਾ ਤੁਸੀਂ ਮੇਰੇ ਨਾਲ। ਓਏ ਧੋਖੇ ਧਾਖੇ ਤਾਂ ਚੱਲਦੇ ਰਹਿੰਦੇ ਨੇ, ਨਾਲੇ ਤੂੰ ਕਿਹੜਾ ਧੋਖਾ ਨਹੀਂ ਦਿੱਤਾ ਜੱਗੇ ਨੂੰ ਕੰਜਰ ਦੇ? ਆ ਮੈਂ ਤੁਹਾਨੂੰ ਜੇਲ੍ਹ ਭੇਜ ਕੇ ਹਟੂੰਗਾ। ਓਏ ਭੋਗ ਪੈ ਗਿਆ, ਸੰਸਕਾਰ ਹੋ ਗਿਆ, ਇੰਨਾ ਟਾਈਮ ਲੰਘ ਗਿਆ, ਹੁਣ ਤੂੰ ਕੁਛ ਨਹੀਂ ਕਰ ਸਕਦਾ। ਜੇ ਕੁਛ ਕਰ ਵੀ ਸਕਦਾ ਨਾ, ਥੋੜ੍ਹੀ ਬਹੁਤੀ ਖੱਜਲ ਖਵਾਈ ਦੇ ਸਕਦਾ ਸਾਨੂੰ, ਉਹ ਮੈਂ ਪੁਲਿਸ ਨੂੰ ਪੈਸੇ ਦੇ ਕੇ ਮੂੰਹ ਬੰਦ ਕਰਵਾ ਦੂੰ। ਸਹੀ ਗੱਲ ਹੈ ਤੇਰੀ ਸੁਬਿਆ, ਤੁਹਾਡਾ ਕੁਛ ਨਹੀਂ ਕਰ ਸਕਦਾ ਮੈਂ, ਪਰ ਤੂੰ ਮੇਰੀ ਇੱਕ ਗੱਲ ਯਾਦ ਰੱਖੀ, ਜੇ ਇਹ ਤੇਰੇ ਪਿੱਛੇ ਜੱਗੇ ਦਾ ਕਤਲ ਕਰ ਸਕਦੀ ਹੈ ਤਾਂ ਕਿਸੇ ਹੋਰ ਪਿੱਛੇ ਤੇਰਾ ਕਤਲ ਵੀ ਕਰ ਸਕਦੀ ਹੈ। ਓਏ ਤੂੰ ਵਗ ਜਾ, ਲੰਘ ਜਾ।